ਸੋ ਪੰਜਾਬ ਸਰਕਾਰ ਨੇ ਕਰਜ਼ਾ ਦੀ ਜਿਹੜੀ ਲਿਮਿਟ ਆ ਉਸ ਨੂੰ ਹੋਰ ਵਧਾਉਣ ਨੂੰ ਲੈ ਕੇ ਇੱਕ ਪੱਤਰ ਸੈਂਟਰ ਸਰਕਾਰ ਨੂੰ ਭੇਜਿਆ ਹੈ। ਉਹ ਲਿਮਿਟ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ 10,000 ਕਰੋੜ ਹੋਰ ਰੁਪਈਆ ਹੋਰ ਪੈਸੇ ਮੰਗਣ ਦੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਨੇ ਆਖਿਆ ਹੈ ਕਿ ਜਿਹੜਾ ਇਹ ਵਿੱਤੀ ਵਰ੍ਹਾ ਚੱਲਦਾ ਪਿਆ ਇਸ ਦੇ ਵਿੱਚ ਸਾਡੇ ਖਰਚੇ ਜ਼ਿਆਦਾ ਹੁੰਦੇ ਪਏ ਨੇ, ਪਰ ਉਸ ਹਿਸਾਬ ਦੇ ਨਾਲ ਅਸੀਂ ਜਿਹੜਾ ਕਰਜ਼ਾ ਵਾ ਭਾਵੇਂ ਵਿਆਜ ਦੀ ਗੱਲ ਹੋਵੇ ਅਸੀਂ ਮੋੜ ਨਹੀਂ ਸਕਦੇ, ਇਸ ਕਰਕੇ ਕਰਜ਼ੇ ਦੀ ਲਿਮਿਟ ਵਧਾ ਦਿੱਤੀ ਜਾਵੇ। ਭਾਵੇਂ ਕਿ ਇਹ ਪੂਰੀ ਖਬਰ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਸਪੋਕਸਪਰਸਨ ਆ ਅਰਸ਼ਦੀਪ ਕਲੇਰ ਹੋਰਾਂ ਦੇ ਵੱਲੋਂ ਇਹ ਆਖਿਆ ਗਿਆ ਹੈ ਕਿ ਕਰਜ਼ਾ ਲੈ ਕੇ ਕਿਵੇਂ ਕਰਜ਼ਾ ਮੁਕਤ ਹੋ ਸਕਦੀ ਹੈ ਸਰਕਾਰ, ਬੜਾ ਇਹ ਸੋਚਣ ਵਾਲੀ ਗੱਲ ਹੈ। ਪਰ ਜੇਕਰ ਇਸ ਪੂਰੀ ਖਬਰ 'ਤੇ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਤੁਸੀਂ ਹੈਰਾਨ ਹੋ ਜਾਣਾ ਹੈ। ਤੁਸੀਂ ਆਪਣਾ ਜ਼ਰੂਰ ਰਾਏ ਰੱਖਣ ਦੀ ਕੋਸ਼ਿਸ਼ ਕਰਨੀ ਹੈ ਕਿ ਸਰਕਾਰ ਦੇ ਵੱਲੋਂ, ਕੇਂਦਰ ਸਰਕਾਰ ਦੇ ਵੱਲੋਂ ਜੇਕਰ ਪੰਜਾਬ ਸਰਕਾਰ ਨੂੰ 30,446.92 ਕਰੋੜ ਰੁਪਏ ਕਰਜ਼ਾ ਹਰ ਵਿੱਤੀ ਵਰ੍ਹੇ ਦੇ ਵਿੱਚ ਦਿੱਤਾ ਜਾਂਦਾ ਹੈ, ਅਜਿਹੇ ਦੇ ਵਿੱਚ ਸਰਕਾਰ ਦੇ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਸਾਨੂੰ ਪਿਛਲੀਆਂ ਸਰਕਾਰਾਂ ਦੇ ਵੱਲੋਂ ਸਿਰਫ ਜਿਹੜਾ ਵਾਧੂ ਕਰਜ਼ਾ ਚੁੱਕਿਆ ਹੋਇਆ ਸੀ ਉਹ ਸਾਨੂੰ ਵਿਰਾਸਤ ਦੇ ਵਿੱਚ ਦਿੱਤਾ ਗਿਆ ਹੈ। ਅਜਿਹੇ ਦੇ ਵਿੱਚ ਜਿਸ ਤਰ੍ਹਾਂ ਇੱਕ ਪਾਸੇ ਕਰਜ਼ਾ, ਇੱਕ ਪਾਸੇ ਵਿਆਜ ਅਤੇ ਇੱਕ ਪਾਸੇ ਪੰਜਾਬ ਦੇ ਖਰਚੇ ਹੈ, ਇਹਨਾਂ ਨੂੰ ਮੇਨਟੇਨ ਕਰਨ ਵਾਸਤੇ ਸਾਨੂੰ ਹੁਣ ਇਸ ਵਿੱਤੀ ਵਰ੍ਹੇ ਦੇ ਵਿੱਚ ਹੋਰ ਕਰਜ਼ੇ ਦੀ ਲਿਮਿਟ ਨੂੰ ਵਧਾ ਦਿੱਤਾ ਜਾਵੇ। ਅਜਿਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਦੀ, ਜੁਲਾਈ ਤੱਕ ਪੰਜਾਬ ਸਰਕਾਰ 13,094 ਕਰੋੜ ਰੁਪਈਆ ਆਲਰੇਡੀ ਲੈ ਚੁੱਕੀ ਹੈ, ਅਤੇ ਉਸ ਤੋਂ ਜੇਕਰ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 23,045 ਕਰੋੜ ਰੁਪਈਆ ਇਸ ਕਰਕੇ ਪੁਰਾਣੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਖਰਚੇ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਸੀ, ਜਦੋਂ ਸਰਕਾਰ ਪੰਜਾਬ ਨੂੰ 45,730 ਕਰੋੜ ਰੁਪਈਆ ਕਰਜ਼ਾ ਦਿੰਦੀ ਪਈ ਸੀ, ਕਿਉਂਕਿ ਜਿਸ ਤਰ੍ਹਾਂ ਲਗਾਤਾਰ ਕਰਜ਼ਾ ਮੰਗਿਆ ਜਾ ਰਿਹਾ ਸੀ। ਪਰ ਦੂਸਰੇ ਪਾਸੇ ਜੇਕਰ ਮੌਕੇ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੇ, ਪੰਜਾਬ ਸਰਕਾਰ ਦੇ ਵੱਲੋਂ 69,867 ਕਰੋੜ ਰੁਪਈਆ ਹਾਲੇ ਵੀ ਅਦਾਇਗੀ ਕਰਨੀ ਬਾਕੀ ਹੈ, ਜਿਸ ਦੇ ਵਿੱਚ ਜੇਕਰ ਮੋਟਾ ਮੋਟਾ ਵਿਆਜ ਜਾਂ ਕਰਜ਼ੇ ਦੀ ਗੱਲ ਕੀਤੀ ਜਾਵੇ ਤਾਂ 23,900 ਕਰੋੜ ਰੁਪਈਆ ਬਣਦੇ ਆ। ਅਜਿਹੇ ਦੇ ਵਿੱਚ ਇੱਕ ਪਾਸੇ ਸਵਾਲ ਇਹ ਉੱਠਦਾ ਪਿਆ ਹੈ ਕਿ ਜਿਹੜੀ ਸਰਕਾਰ ਇਹ ਕਹਿੰਦੀ ਪਈ ਸੀ ਕਿ ਅਸੀਂ ਮਾਈਨਿੰਗ ਵਿਭਾਗ ਦੇ ਵਿੱਚ ਨੱਥ ਪਾ ਕੇ ਜਾਂ ਫਿਰ ਜਿਹੜੀਆਂ ਪੁਰਾਣੇ ਵਿਧਾਇਕਾਂ ਜਾਂ ਸੰਸਦਾਂ ਦੇ ਵੱਲੋਂ ਜ਼ਮੀਨਾਂ ਘੇਰੀਆਂ ਗਈਆਂ ਨੇ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਕਰਕੇ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ। 2.5 ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਦੇ ਵੱਲੋਂ ਤਕਰੀਬਨ 1,00,000 ਤੋਂ ਵੱਧ 1,000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਗਿਆ। ਅਜਿਹੇ ਦੇ ਵਿੱਚ ਪੰਜਾਬ ਦੇ ਹਾਲਾਤ ਕਿਵੇਂ ਸੁਧਰਨਗੇ ਇਸ ਗੱਲ ਦੇ ਜ਼ਿਕਰ ਅਰਸ਼ਦੀਪ ਕਲੇਰ ਹੋਰਾਂ ਦੇ ਵੱਲੋਂ ਕੀਤਾ ਗਿਆ ਹੈ। ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਦੇਖਿਆ ਗਿਆ ਹੈ ਕਿ ਵੈਟ ਵਧਾਏ ਗਏ ਆ, ਪੈਟਰੋਲ ਅਤੇ ਡੀਜ਼ਲ ਦੇ ਰੇਟਸ ਦੇ ਵਿੱਚ ਵੈਟ ਵਧਾਏ ਗਏ ਆ, ਜਿਸ ਤੋਂ ਬਾਅਦ ਬੱਸਾਂ ਦੇ ਕਿਰਾਏ ਵੱਧ ਗਏ ਨੇ, ਲੋਕਾਂ ਦੀ ਜੇਬ 'ਤੇ ਬੋਝ ਡਬਲ ਪੈਂਦਾ ਨਜ਼ਰ ਆ ਰਿਹਾ ਹੈ, ਕਿਉਂਕਿ ਜੇਕਰ ਕਿਸੇ ਨੇ ਇੱਕ ਪਾਸੇ ਤਾਂ ਆਪਣੇ ਸਾਧਨ ਦੇ ਵਿੱਚ ਤੇਲ ਪਾਉਣਾ ਹੈ ਉੱਧਰੋਂ ਵੀ ਖਰਚਾ, ਅਤੇ ਜੇਕਰ ਉਸ ਤੋਂ ਬਾਅਦ ਬੰਦਾ ਕੋਈ ਬੱਸ ਦੇ ਵਿੱਚ ਬੈਠਦਾ ਹੈ ਤਾਂ ਉੱਧਰੋਂ ਵੀ ਡਬਲ ਖਰਚਾ ਪੈ ਗਿਆ। ਅਜਿਹੇ ਦੇ ਵਿੱਚ ਸਰਕਾਰ ਦਾ ਇਹ ਤਰਜ਼ ਸੀ ਕਿ ਇਸ ਮਾਈਨਰ ਰੇਟ ਦੇ ਵਾਧੇ ਦੇ ਨਾਲ ਜਿਹੜਾ ਪੰਜਾਬ ਦਾ ਖਜ਼ਾਨਾ ਆ ਉਸਨੂੰ ਹੋਰ ਜ਼ਿਆਦਾ ਰਾਹਤ ਮਿਲੇਗੀ, ਅਤੇ ਦੂਸਰੇ ਪਾਸੇ ਜਿਹੜਾ 7 ਕਿਲੋ ਵਾਟ ਵਾਲਾ ਡਬਲ ਸਬਸਿਡੀ ਮਿਲਦੀ ਪਈ ਸੀ ਉਸ ਸਬਸਿਡੀ ਦੇ ਵਿੱਚ ਵੀ ਇੱਕ ਸਬਸਿਡੀ, ਇੱਕ ਤਾਂ 300 ਯੂਨਿਟ ਪਰ ਮਹੀਨਾ ਅਤੇ ਨਾਲ ਪੁਰਾਣੀ ਸਰਕਾਰ ਦੇ ਵੱਲੋਂ 7 ਕਿਲੋ ਵਾਟ ਵਾਲਿਆਂ ਨੂੰ ਵੀ ਸਬਸਿਡੀ ਜਿਹੜੀ ਦਿੱਤੀ ਗਈ ਸੀ ਉਹ ਹਟਾ ਦਿੱਤੀ ਗਈ ਸੀਗੀ, ਇਸ ਕਰਕੇ ਉੱਧਰੋਂ ਵੀ ਪੈਸੇ ਆਉਣ ਦਾ ਜਿਹੜਾ ਅਨੁਮਾਨ ਲਗਾਇਆ ਜਾ ਰਿਹਾ ਹੈ। ਅਜਿਹੇ ਦੇ ਵਿੱਚ ਜੇਕਰ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਵਿੱਤ
ਮੰਤਰਾਲੇ ਦੇ ਵੱਲੋਂ ਬੜੇ ਕਦਮ ਸੋਚ ਸਮਝ ਕੇ ਕੀ ਵਾਕਈ ਹੀ ਚੁੱਕੇ ਜਾ ਰਹੇ ਆ? ਕੀ ਤੁਹਾਨੂੰ ਲੱਗਦਾ ਪਿਆ ਜਿਹੜਾ ਅਰਸ਼ਦੀਪ ਕਲੇਰ ਹੋਰਾਂ ਦੇ ਵੱਲੋਂ 1 ਲੱਖ ਕਰਜ਼ਾ ਜਿਹੜਾ ਚੁੱਕਿਆ ਗਿਆ ਕੇਂਦਰ ਤੋਂ, ਉਹ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕਿੱਥੇ ਕੋਈ ਇਮਾਰਤ ਜਾਂ ਸੜਕਾਂ ਜਾਂ ਕੋਈ ਹੋਰ ਚੀਜ਼ਾਂ ਬਣੀਆਂ ਨੇ ਉਹ ਦੱਸ ਦੇਵੋ, ਪਰ ਦੂਸਰੇ ਪਾਸੇ ਜਿਹੜਾ ਸਰਕਾਰ ਦੇ ਵੱਲੋਂ ਰੇਟ ਵਧਾਏ ਗਏ ਨੇ ਪੈਟਰੋਲ ਡੀਜ਼ਲ ਦੀ ਕੀਮਤਾਂ ਨੂੰ ਲੈ ਕੇ ਜਾਂ ਜਿਹੜੇ ਹੋਰ ਗਰੰਟੀਆਂ ਦਿੱਤੀਆਂ ਗਈਆਂ ਸਨ, ਇਹ ਜ਼ਮੀਨੀ ਪੱਧਰ 'ਤੇ ਤੁਹਾਨੂੰ ਕਿੰਨੀ ਕੁ ਸੱਚਾਈ ਲੱਗਦੀ ਪਈ ਹੈ? ਜ਼ਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਿਓ।